ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਡੇਰਾ ਬਾਬਾ ਨਾਨਕ ਦੇ ਅੰਤਰਰਾਸ਼ਟਰੀ ਸੱਤ ਤੋਂ ਖੜ੍ਹੇ ਹੋ ਕੇ ਦੂਰਬੀਨ ਰਾਹੀਂ ਦਰਸ਼ਨ ਦੀਦਾਰ ਕਰਨ ਵਾਲੀਆਂ ਸੰਗਤਾਂ ਲਈ ਇੱਕ ਅਹਿਮ ਖਬਰ ਹੈ। ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਡੇਰਾ ਬਾਬਾ ਨਾਨਕ ਦੇ ਦਰਸ਼ਨ ਸਥਲ ਤੋਂ ਖੜ੍ਹੇ ਹੋ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਨਹੀਂ ਕੀਤੇ ਹਨ, ਉਹ ਸੰਗਤਾਂ ਹੁਣ ਸਿਰਫ 6 ਮਈ ਤੱਕ ਹੀ ਉੱਥੇ ਜਾ ਕੇ ਦਰਸ਼ਨ ਦੀਦਾਰ ਕਰ ਸਕਦੀਆਂ ਹਨ, ਕਿਉਂਕਿ ਇਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਨਿਰਮਾਣ ਕਾਰਜਾਂ ਨੂੰ ਲੈ ਕੇ 6 ਮਈ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਮਾਰਗ ਸੰਗਤਾਂ ਲਈ ਬੰਦ ਕਰ ਦਿੱਤਾ ਜਾ ਰਿਹਾ ਹੈ। ਇਸ ਤੋਂ ਬਾਅਦ ਸੰਗਤਾਂ ਇਸ ਮਾਰਗ ਰਾਹੀਂ ਸਰਹੱਦ ਤੱਕ ਨਹੀਂ ਪਹੁੰਚ ਸਕਣਗੀਆਂ ਅਤੇ ਨਾ ਹੀ ਦੂਰਬੀਨ ਨਾਲ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਹੀ ਕੀਤੇ ਜਾ ਸਕਣਗੇ। ਤੁਹਾਨੂੰ ਦੱਸ ਦਿਆਂ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸੜਕ ਨੂੰ ਤੋੜਨ, ਦਰਖਤ ਵੱਢਣ ਅਤੇ ਸ਼੍ਰੀ ਕਰਤਾਰਪੁਰ ਸਾਹਿਬ ਦਰਸ਼ਨ ਸਥਲ ਸਮੇਤ ਕੰਟੀਨ, ਸੰਗਤਾਂ ਦਾ ਵਿਸ਼ਰਾਮ ਘਰ ਆਦਿ ਇਮਾਰਤਾਂ ਨੂੰ ਤੋੜ ਦਿੱਤਾ ਜਾਵੇਗਾ ਅਤੇ ਇਸ ਮਾਰਗ ਦੇ ਨਿਰਮਾਣ 'ਚ ਵੱਡੀਆਂ ਮਸ਼ੀਨਾਂ ਦੀ ਵਰਤੋਂ ਹੋਣੀ ਹੈ ਅਤੇ ਸੰਗਤ ਦੀ ਸਹੂਲਤ ਲਈ ਇਹ ਮਾਰਗ ਹੁਣ ਬੰਦ ਕਰਨਾ ਪੈਣਾ ਹੈ। ਜਾਣਕਾਰੀ ਮੁਤਾਬਕ ਲਾਂਘਾ ਖੁੱਲ੍ਹਣ ਤੱਕ ਇਹ ਮਾਰਗ ਸੰਗਤ ਲਈ ਬੰਦ ਹੀ ਰੱਖਿਆ ਜਾਵੇਗਾ, ਜਿਸ ਕਰਕੇ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਦੂਰਬੀਨ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਨਹੀਂ ਕੀਤੇ ਹਨ, ਉਹ 6 ਮਈ ਤੋਂ ਪਹਿਲਾਂ ਜਾ ਕੇ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰ ਸਕਦੇ ਹਨ। ਉਧਰ ਇਹ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਨਾਨਕ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੰਸ਼ ਵੰਚੋਂ ਬਾਬਾ ਸੁਖਦੀਪ ਸਿੰਘ ਬੇਦੀ ਨੇ ਦੱਸਿਆ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਦੋਵਾਂ ਦੇਸ਼ਾਂ ਦਰਮਿਆਨ ਨਿਰਮਾਣ ਕਾਰਜ ਜੰਗੀ ਪੱਧਰ ਤੇ ਜਾਰੀ ਹਨ, ਜਿਸ ਕਰਕੇ 6 ਮਈ ਤੋਂ ਡੇਰਾ ਬਾਬਾ ਨਾਨਕ ਪਹੁੰਚਣ ਵਾਲੀਆਂ ਸੰਗਤਾਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਹੁਣ ਦੂਰਬੀਨ ਰਾਹੀਂ ਨਹੀਂ ਹੋ ਸਕਣਗੇ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ 6 ਮਈ ਤੋਂ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਦੀ ਸਰਹੱਦ ਤੇ ਨਾ ਜਾਇਆ ਜਾਵੇ। ਉਹਨਾਂ ਕਿਹਾ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ ਖੁਆਰੀ ਤੋਂ ਬਚਾਉਣਾ ਸਾਡਾ ਮਕਸਦ ਹੈ। ਸਥਲ ਜੋ ਕਿ 6 ਮਈ 2008 ਨੂੰ ਬਣਾਇਆ ਗਿਆ ਸੀ, ਹੁਣ 6 ਮਈ 2019 ਨੂੰ ਐਗਜੈਕਟਲੀ 11 ਸਾਲ ਦੇ ਬਾਅਦ ਉਹ ਬੰਦ ਕੀਤਾ ਜਾ ਰਿਹਾ, ਕਿਉਂਕਿ ਜਿਸ ਤਰ੍ਹਾਂ ਸੰਗਤ ਅਰਦਾਸਾਂ ਕਰਦੀ ਸੀ ਖੁੱਲ੍ਹੇ ਦਰਸ਼ਨ ਦੀਦਾਰ ਦੀਆਂ, ਉਹ ਹੁਣ ਦਿਨ ਬਹੁਤ ਜਲਦੀ ਨਜ਼ਦੀਕ ਆ ਰਿਹਾ, ਜਦੋਂ ਪ੍ਰੋਪਰ ਕੋਰੀਡੋਰ ਬਣ ਜਾਏਗਾ, ਲੋਕ ਇਜਾਜ਼ਤ ਲੈ ਕੇ ਜਿਹੜਾ ਵਾ ਉਹ ਪਾਕਿਸਤਾਨ ਜਾਣਗੇ, ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਆਉਣਗੇ। ਅੱਜ ਸੰਗਤ ਵਿੱਚ ਇਸ ਗੱਲ ਦੀ ਚਰਚਾ ਹੈ ਭਈ ਅਸੀਂ ਇੱਥੋਂ ਰੋਜ਼ ਦਰਸ਼ਨ ਕਰਦੇ ਸੀ, ਪਰ ਕਿਉਂਕਿ ਬਹੁਤ ਭਾਰੀ ਭਾਰੀ ਮਸ਼ੀਨਰੀ ਲੱਗੀ ਹੈ, ਕੋਈ ਐਕਸੀਡੈਂਟ ਹੋਣ ਦਾ ਖਤਰਾ ਹੈ, ਇਸ ਕਰਕੇ ਉਹਨੂੰ ਬੰਦ ਕੀਤਾ ਜਾ ਰਿਹਾ। ਕੋਈ ਸੂਟੇਬਲ ਪਲੇਸ ਦੇ ਲਈ ਰਿਕੁਐਸਟ ਕੀਤੀ ਹੈ ਭਈ ਸਰਕਾਰ ਨੂੰ, BSF ਦੇਖੇਗੀ ਅਗਰ ਕੋਈ ਪ੍ਰੋਪਰ ਸੂਟੇਬਲ ਪਲੇਸ ਮਿਲੀ ਤਾਂ ਇਸੇ ਤਰ੍ਹਾਂ ਦਾ ਪਲੇਟਫਾਰਮ ਜਿਹੜਾ ਵਾ ਉਹ ਬਹੁਤ ਜਲਦੀ ਨਜ਼ਦੀਕ ਕਿਤੇ ਹੋਰ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰਾਂਗੇ ਅਤੇ ਲੋਕ ਜਿਹੜੇ ਨੇ ਉਹ ਦਰਸ਼ਨ ਕਰ ਸਕਣ। ਪਰ ਅੱਜ ਦੀ ਤਰੀਕ ਦੇ ਵਿੱਚ 6 ਮਈ 2019 ਤੋਂ ਉਹ ਸੰਗਤ ਲਈ ਜਿਹੜਾ ਵਾ ਦਰਸ਼ਨਾਂ ਨੂੰ ਬੰਦ ਕੀਤਾ ਜਾ ਰਿਹਾ। ਬਾਬਾ ਬੇਦੀ ਨੇ ਕਿਹਾ ਕਿ ਸੜਕ ਨਿਰਮਾਣ ਦੌਰਾਨ ਜਿੰਨੇ ਵੀ ਰੁੱਖ ਵੱਢੇ ਜਾਣਗੇ ਉਹਨਾਂ ਤੋਂ ਦੁੱਗਣੇ ਰੁੱਖ ਉਹਨਾਂ ਵੱਲੋਂ ਸੇਵਾ ਵਜੋਂ ਲਗਾਏ ਜਾਣਗੇ। ਤੁਹਾਨੂੰ ਦੱਸ ਦਿਆਂ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਦੋਵਾਂ ਦੇਸ਼ਾਂ ਵੱਲੋਂ ਕੰਮ ਜੰਗੀ ਪੱਧਰ 'ਤੇ ਜਾਰੀ ਹਨ, ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਸ਼ਤਾਬਦੀ ਤੋਂ ਪਹਿਲਾਂ ਮੁਕੰਮਲ ਕਰ ਲਏ ਜਾਣਗੇ ਅਤੇ ਇਹ ਲਾਂਘਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੱਕ ਸੰਗਤਾਂ ਲਈ ਖੋਲ੍ਹ ਦਿੱਤਾ ਜਾਵੇਗਾ।
ਨਿਊਜ਼ ਡੈਸਕ ਤੋਂ ਡਾਕਟਰ ਰਜਿੰਦਰ ਸਿੰਘ ਦੇ ਨਾਲ, ਡੇਰਾ ਬਾਬਾ ਨਾਨਕ ਤੋਂ ਗੁਰਕਿਰਪਾਲ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।